ਮੁਲਾਕਾਤ ਕੀਤੇ ਉਹਨਾਂ ਤੋਂ ਦੌਰਾ ਭਾਰਤ ਦੇ ਹਵਾਲੇ ਨਾਲ ਆਗਾਹ ਕੀਤਾ ਕੋਰ ਕਮਾਂਡਰ ਮੁਲਤਾਨ ਲੈਫਟਨੈਂਟ ਜਨਰਲ ਸ਼ਫਕਤ ਅਹਿਮਦ ਆਖੇ ਦੇ ਮਸ਼ਕਾਂ ਨਾਲ ਜਵਾਨਾਂ ਵਿੱਚ ਹੌਸਲਾ ਵਧਦਾ ਹੈ ਜੋ ਉਹ ਕੌਮੀ ਸਲਾਮਤੀ ਕਿਤੇ ਹਰ ਵੇਲੇ ਤਿਆਰ ਡਾਕਟਰ ਆਫੀਆ ਸਦੀਕੀ ਦੀ ਵਾਲਦਾ ਅਸਮਾ ਸਦੀਕੀ ਤੇ ਭੈਣ ਡਾਕਟਰ ਫੌਜ਼ੀਆ ਸਦੀਕੀ ਅਮਰੀਕਾ ਵਿੱਚ ਵਸੇ ਫਾਊਂਡੇਸ਼ਨ ਦੇ ਸਦਰ ਤਨਵੀਰ ਜ਼ਮਾਨੀ ਤੋਂ ਅਪੀਲ ਕੀਤੀ ਹੈ ਜੋ ਡਾਕਟਰ ਆਫੀਆ ਸਦੀਕੀ ਦੀ ਰਿਹਾਈ ਕਿਤੇ ਉਹਨਾਂ ਦੀ ਮਦਦ ਕਰਨ ਦਿਵਾਲਪੁਰ ਵਿੱਚ ਇੱਕ ਦਿਲ ਬਰਦਾਸ਼ਤਾ ਨੌਜਵਾਨ ਪਾਕਿਸਤਾਨ ਦਾ ਭਾਰਤ ਤੋਂ ਸੈਮੀ ਫਾਈਨਲ ਮੈਚ ਹਰਨ ਤੇ ਖੁਦਕੁਸ਼ੀ ਕਰ ਦਿੱਤੀ ਸਦਰ ਆਸਫ ਅਲੀ ਜ਼ਰਦਾਰੀ ਨਾਲ ਵਜ਼ੀਰ ਆਜ਼ਮ ਸੈਯਦ ਯੂਸਫ ਰਜ਼ਾ ਗਿਲਾਨੀ ਮੁਲਾਕਾਤ ਕੀਤੇ ਉਹਨਾਂ ਕੋ ਦੌਰਾ ਭਾਰਤ ਦੇ ਹਵਾਲੇ ਨਾਲ ਆਗਾਹ ਕੀਤਾ ਐਵਾਨ ਸਦਰ ਇਤਿਮਾਨ ਅਲੀ ਮੁਲਾਕਾਤ ਦੇ ਦੌਰਾਨ ਸਦਰ ਜ਼ਰਦਾਰੀ ਪਾਕਿਸਤਾਨ ਭਾਰਤ ਵਜ਼ੀਰ ਆਜ਼ਮ ਦੀ ਮੁਲਾਕਾਤ ਕੋ ਇੱਕ ਮਸਬਤ ਪੇਸ਼ਰਫਤ ਕਰਾਰ ਦੇਣੇ ਹੋਏ ਇਹਦਾ ਖੈਰ ਮਕਦਮ ਕੀਤਾ ਉਹਨਾਂ ਉਮੀਦ ਜ਼ਾਹਿਰ ਕੀਤੀ ਹੈ ਜੋ ਇਹ ਮੁਲਾਕਾਤ ਦੋਹੇ ਮੁਲਕਾਂ ਦੇ ਦਰਮਿਆਨ ਤਮਾਮ ਹੱਲ ਤਲਬ ਮਸਾਇਲ ਦੇ ਹਵਾਲੇ ਨਾਲ ਬਾ ਮਾਇਨੀ ਮੁਜ਼ਾਕਰਾਤ ਕੀਤੇ ਜਾਰੀ ਕੋਸ਼ਿਸ਼ਾਂ ਕੋ ਮਜ਼ੀਦ ਵਧਾਏ ਸੀ صدر بھارتی وزیر اعظم منموہن سنگھ دی طرفوں پاکستانی قیادت کو دورہ بھارت دی دعوت دیون دے اقدامات دی تعریف کیتی صدر آصف علی زرداری آکھے جی پاکستان تے بھارت دے درمیان تمام سطح تے مسلسل روابط نہ صرف باہمی مسائل دے حل کیتے پلیٹ فارم مہیا کرے سن بلکہ بے اعتمادی دی غلط فہمیاں کو دور کرنے وچ مومن ثابت تھی سن انہاں آکھے جی پاکستان بھارت کرکٹ سیمی فائنل تو دوہے ملکاں دی قیادت کو ایک دوجے نال باہن تے دوہے ملکاں دے لوگاں کو تفریح دا بہترین موقع ملیا ملاقات وچ وزیر داخلہ رحمان ملک بھی موجود ہن کور کمانڈر ملتان لیفٹیننٹ جنرل شفقت احمد آکھے جی مشقاں نال جواناں وچ حوصلہ ودھدا ہے تے او قومی سلامتی کیتے ہر ویلے تیار ہن ਉਹ ਮੁਜ਼ੱਫਰਗੜ੍ਹ ਨਾਲ ਨੀਮ ਸਹਿਰਾ ਇਲਾਕੇ 'ਚ ਆਰਮਡ ਇਨਫੈਂਟਰੀ ਤੇ ਆਰਟਿਲਰੀ ਜਵਾਨਾਂ ਦੀ ਅਮਲੀ ਮਸ਼ਕ ਦੇ ਮੁਆਇਨੇ ਦੇ ਦੌਰਾਨ ਅਫਸਰਾਂ ਤੇ ਜਵਾਨਾਂ ਨਾਲ ਗਾਲ ਮੁਹਾਰ ਕਰਨੇ ਪਏ ਹਨ ਉਹਨਾਂ ਮਜ਼ੀਦ ਆਖਿਆ ਜੋ ਇਹਨਾਂ ਮਸ਼ਕਾਂ 'ਚ ਹਿੱਸਾ ਗਿਣਨ ਵਾਲੇ ਤਮਾਮ ਸ਼ੋਬਿਆਂ ਦੀ ਕਾਰਕਰਦਗੀ ਦੇਖ ਕੇ ਉਹਨਾਂ ਕੋ ਬਹੁਤ ਖੁਸ਼ੀ ਥਈ ਹੈ ਉਹਨਾਂ ਆਖਿਆ ਜੋ ਮੁਲਤਾਨ ਕੋਰ ਦੇ ਜਵਾਨਾਂ ਦਹਿਸ਼ਤਗਰਦੀ ਦੇ ਖਿਲਾਫ ਜੰਗ 'ਚ ਹਿੱਸਾ ਗਿੱਧਾ ਤੇ ਇਹ ਤਰਬੀਅਤ ਇਹੋ ਹਾਲਾਤ 'ਚ ਅਸਕਰੀ ਮਿਆਰ ਕਿਤੇ ਸੂਦਮੰਦ ਸਾਬਤ ਥੀਂਦੀ ਹੈ ਉਹਨਾਂ ਆਖਿਆ ਜੋ ਮੁਲਤਾਨ ਕੋਰ ਦੇ ਜਵਾਨਾਂ ਸੈਲਾਬ ਜ਼ਦਾ ਇਲਾਕਿਆਂ ਦੀ ਤਾਮੀਰ ਨੌ ਤੇ ਇਮਦਾਦੀ ਸਰਗਰਮੀਆਂ ਕਿਤੇ ਆਪਰੇਸ਼ਨ ਲੱਭੈਕ ਵਿੱਚ ਵੀ ਹਿੱਸਾ ਗਿੱਧਾ ਜਿਹੜਾ ਜਨੂਬੀ ਪੰਜਾਬ ਦੇ ਮੁਖਤਲਿਫ ਇਲਾਕਿਆਂ 'ਚ ਹਾਲੀ ਵੀ ਜਾਰੀ ਹੈ ਉਹਨਾਂ ਆਖਿਆ ਜੋ ਉਹਨਾਂ ਇਮਦਾਦੀ ਸਰਗਰਮੀਆਂ ਦੇ ਬਾਵਜੂਦ ਪਾਕ ਫੌਜ ਦੇ ਜਵਾਨ ਸਮਝੌਤਾ ਕਿਤੇ ਬਗੈਰ ਆਪਣੀ ਤਰਬੀਅਤੀ ਸਰਗਰਮੀਆਂ 'ਚ ਮਸਰੂਫ ਹਨ ਡਾਕਟਰ ਆਫੀਆ ਸਦੀਕੀ ਦੀ ਵਾਲਦਾ ਅਸਮਾ ਸਦੀਕੀ ਤੇ ਭੈਣ ਡਾਕਟਰ ਫੌਜ਼ੀਆ ਸਦੀਕੀ ਅਮਰੀਕਾ ਵਿੱਚ ਵਸੇ ਫਾਊਂਡੇਸ਼ਨ ਦੇ ਸਦਰ ਤਨਵੀਰ ਜ਼ਮਾਨੀ ਤੋਂ ਅਪੀਲ ਕੀਤੀ ਹੈ ਜੋ ਉਹ ਡਾਕਟਰ ਆਫੀਆ ਸਦੀਕੀ ਦੀ ਰਿਹਾਈ ਕੀਤੇ ਉਹਨਾਂ ਦੀ ਮਦਦ ਕਰਨ ਵਸੇ ਟੀਵੀ ਨਾਲ ਗਾਲ ਮੁਹਾਰ ਕਰਨੇ ਹੋਏ ਉਹਨਾਂ ਮਜ਼ੀਦ ਆਖਿਆ ਜੋ ਜੇਕਰ ਅਹਿਮਦ ਡੈਵਿਸ ਵਾਪਸ ਬਾਂਝ ਸਕਦਾ ਹੈ ਤਾਂ ਆਫੀਆ ਸਦੀਕੀ ਵੀ ਵਾਪਸ ਆ ਸਕਦੀ ਹੈ ਉਹਨਾਂ ਤਨਵੀਰ ਜ਼ਮਾਨੀ ਤੋਂ ਅਪੀਲ ਕੀਤੀ ਹੈ ਜੋ ਉਹ ਮਿਸ਼ਲ ਓਬਾਮਾ ਕੋ ਖਵਾਬੇ ਗਫਲਤ ਤੋਂ ਬੇਦਾਰ ਕਰਦੇ ਆਫੀਆ ਸਦੀਕੀ ਕੋ ਵਾਪਸ ਆਣਨ ਉਹਨਾਂ ਆਖਿਆ ਜੋ ਆਫੀਆ ਸਦੀਕੀ ਕੋ 86 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਜਿਹੜੀ ਗੈਰ ਮੁਨਸਫਾਨਾ ਹੈ ਉਹਨਾਂ ਆਖਿਆ ਜੋ ਇਹ ਗੈਰ ਮੁਨਸਫਾਨਾ ਫੈਸਲੇ ਦੇ ਖਿਲਾਫ ਆਲਮੀ ਬਰਾਦਰੀ ਤੇ ਵਸੇ ਫਾਊਂਡੇਸ਼ਨ ਆਲਮੀ ਸਤਹ ਤੇ ਡਾਕਟਰ ਆਫੀਆ ਸਦੀਕੀ ਦੀ ਰਿਹਾਈ ਕੀਤੇ ਇਕਦਾਮਾਤ ਕਰੇ ਡਾਕਟਰ ਫੌਜ਼ੀਆ ਸਦੀਕੀ ਆਖਿਆ ਜੋ ਆਫੀਆ ਸਦੀਕੀ ਤੇ ਸਾਡਾ ਖਾਨਦਾਨ ਦਹਿਸ਼ਤਗਰਦ ਕਹਿਣੀ ਬਲਕਿ ਅਸਾਂ ਖੁਦ ਦਹਿਸ਼ਤਗਰਦੀ ਤੋਂ ਮੁਤਾਸਰ ਹਾਂ ਉਹਨਾਂ ਅਮਰੀਕੀ ਸਦਰ ਬਾਰਾਕ ਓਬਾਮਾ ਤੋਂ ਅਪੀਲ ਕੀਤੀ ਹੈ ਜੋ ਆਫੀਆ ਸਦੀਕੀ ਬੇਗੁਨਾਹ ਹਨ ਉਹਨਾਂ ਕੋ ਫੌਰੀ ਰਿਹਾਈ ਮਿਲਣੀ ਚਾਹੀਦੀ ਹੈ ਉਹਨਾਂ ਅਮਰੀਕਾ ਵਿੱਚ ਵਸੇ ਫਾਊਂਡੇਸ਼ਨ ਦੇ ਸਦਰ ਤਨਵੀਰ ਜ਼ਮਾਨੀ ਕੋ ਆਖਿਆ ਜੋ ਆਫੀਆ ਸਦੀਕੀ ਦੀ ਰਿਹਾਈ ਕੀਤੇ ਉਹਨਾਂ ਦੀਆਂ ਕੋਸ਼ਿਸ਼ਾਂ ਮਦਦਗਾਰ ਸਾਬਤ ਥੀ ਸਕਦੀਆਂ ਉਹਨਾਂ ਤਨਵੀਰ ਜ਼ਮਾਨੀ ਤੋਂ ਅਪੀਲ ਕੀਤੀ ਹੈ ਜੋ ਉਹ ਆਫੀਆ ਸਦੀਕੀ ਦੀ ਰਿਹਾਈ ਕੀਤੇ ਭਰਪੂਰ ਕਿਰਦਾਰ ਅਦਾ ਕਰਨ ਮੁਸਲਿਮ ਲੀਗ ਨੂਨ ਦੇ ਰੁਕਨ ਸੂਬਾਈ ਅਸੈਂਬਲੀ ਚੌਧਰੀ ਮੁਹੰਮਦ ਸ਼ਫੀਕ ਆਖੇ ਜੋ ਤਾਜਰਾਂ ਦੇ ਮਸਾਇਲ ਹੱਲ ਕਰਮਾਵਣ ਕੀਤੇ ਸਾਰੇ ਇਕਦਾਮਾਤ ਕੀਤੇ ਵੈਸਨ ਸਾਬਕਾਬਾਦ ਵਿੱਚ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੀ ਤਕਰੀਬ ਹਲਫ ਬਰਦਾਰੀ ਤੋਂ ਖਿਤਾਬ ਕਰਨੇ ਹੋਏ ਉਹਨਾਂ ਆਖਿਆ ਜੋ 95% ਸ਼ੂਗਰ ਮਿਲਾਂ ਸਿਆਸੀ ਲੋਕਾਂ ਕੋਲ ਹਨ ਇਸ ਅੰਗੇ ਉਹਨਾਂ ਤੇ ਹੱਥ ਪਾਉਣ ਮੁਸ਼ਕਿਲ ਹੈ ਇਹਦਾ ਖਮਿਆਜ਼ਾ ਖੰਡ ਦੇ ਵਧਦੇ ਹੋਏ ਨਰਖਾਂ ਦੀ ਸੂਰਤ ਵਿੱਚ ਆਵਾਮ ਕੋ ਭੁਗਤਣਾ ਪਾਉਂਦਾ ਹੈ ਉਹਨਾਂ ਦਾ ਮਜ਼ੀਦ ਆਖਣਾ ਜੋ ਜ਼ਿਲ੍ਹਾ ਰਹੀਮੀ ਅਰਖਾਨ ਵਿੱਚ ਅਮਨ ਅਮਾਨ ਦੇ ਕਿਆਮੀ ਸਾਬਕਾਬਾਦ ਦੇ ਤਾਜਰਾਂ ਦਾ ਕਿਰਦਾਰ ਤਾਰੀਫ ਦੇ ਕਾਬਿਲ ਹੈ ਉਹਨਾਂ ਆਖਿਆ ਜੋ ਮਹਾਨ ਦੇ ਜਿਨ ਕੋ ਕਾਬੂ ਕਰਨ ਕੀਤੇ ਹਕੂਮਤ ਕੋ ਇਕਦਾਮਾਤ ਕਰਨੇ ਚਾਹੀਦੇ ਤੇ ਆਮ ਬੰਦੇ ਕੋ ਰਿਲੀਫ ਦੇਣਾ ਚਾਹੀਦਾ ਸਦਰ ਅੰਜਮਾਨ ਦੇ ਤਾਜਰਾਂ ਖਾਲਿਦ ਸਲੀਮ ਚੌਧਰੀ ਆਖਿਆ ਜੋ ਅੰਜਮਾਨ ਦੇ ਕਰਿਆਨਾ ਐਸੋਸੀਏਸ਼ਨ ਦੇ ਨੌ ਮੁੰਤਖਬ ਅਹੁਦੇਦਾਰਾਂ ਦਾ ਬਿਲਾ ਮੁਕਾਬਲਾ ਮੁੰਤਖਬ ਥੀਵਣਾ ਇਹਨਾਂ ਦੀਆਂ ਖਿਦਮਾਤ ਦਾ ਸਿਲਾ ਹੈ ਇਹ ਮੌਕੇ ਤੇ ਸਦਰ ਮੀਆਂ ਅਰਸ਼ਦ ਜਾਵੇ ਸੀਨੀਅਰ ਨਾਇਬ ਸਦਰ ਮੀਆਂ ਸ਼ਾਹਿਦ ਰਸੂਲ ਜਨਰਲ ਸੈਕਟਰੀ ਹਾਫਿਜ਼ ਰਿਆਜ਼ੁਲ ਹਸਨ ਚੇਅਰਮੈਨ ਮਜਲਿਸ ਆਮਲਾ ਹਾਜੀ ਖਾਦਮ ਹੁਸੈਨ ਮੀਆਂ ਜਾਵੇਦ ਇਕਬਾਲ ਤੇ ਮੀਆਂ ਇਨਾਮ ਬਾਰੀ ਵੀ ਖਿਤਾਬ ਕੀਤਾ ਐਮ ਪੀ ਏ ਚੌਧਰੀ ਮੁਹੰਮਦ ਸ਼ਫੀਕ ਨੌ ਮੁੰਤਖਬ ਅਹੁਦੇਦਾਰਾਂ ਤੋਂ ਹਲਫ ਗਿੱਧਾ
دیپالپور وچ ایک دل برداشتہ نوجوان پاکستان دا بھارت تو سیمی فائنل میچ ہارن تے خودکشی کر گئے۔ دیپالپور دے محلہ سخی سیدن کالونی دے واسی 20 سالہ محمد حفیظ پاکستانی کرکٹ ٹیم دی ورلڈ کپ 2011 دے سیمی فائنل وچ بھارت دے ہتھوں شکستوں دل برداشتہ تھی تے زہریلی گولیاں کھا گئے تے ہلاک تھی گیا۔ متوفی دے دو بھرا تے اک بھین ہے جدوں اوندا پیو پکوڑے تے سموسے دی ریڑی لا تے اپنا گزر بسر کریندا ہے۔ متوفی کئی مقامی آئل کمپنی سیل مین ہا۔ علاقے دے لوکاں دا سایہ جو محمد حفیظ کو کرکٹ نال جنون دی حد تائیں لگاؤ ہا تے او پاکستانی ٹیم دا ہر میچ بڑے اہتمام نال دیندا ہا۔ پچھلے دی وی محمد حفیظ پاکستان بھارت کرکٹ میچ جوش و خروش نال ڈٹھا، پر جڑا پاکستانی ٹیم ہار گئی تا او دل برداشتہ تھی گیا تے زہریلی گولیاں کھا تے خودکشی کر گئی تے او موقع تے ہی ہلاک تھی گیا۔ متوفی کو مقامی قبرستان سخی سیدم سائیں چ دفنا دیتا گیا۔ آل سندھ ایجوکیشن ڈپارٹمنٹ لوئر سٹاف ضلع سانگر دی طرفوں کراچی چ ملازمین تے بہمانہ تشدد لاٹھی چار تے گرفتاریاں دے خلاف ای ڈی او آفس دا پریس کلب سانگر تائیں احتجاجی ریلی کڈی گئی تے مظاہرہ کیتا گیا۔ مظاہرین بینرز تے پلے کارڈز چاہتے ہن جنہاں تے نعرے درجن۔ ای موقع تے لوئر سٹاف ضلع سانگر دے صدر علی خان نظامانی، نور محمد نظامانی، خدا بخش ہنگورو تے دوجیاں آکھیا جو روٹی کپڑا تے مکان دے نعرے تے حکومت وچ آون والے حکمران اج غریب محنت کشاں اساتذہ تے لیڈی ہیلتھ ورکراں تے سوٹیاں وسائندے پین تے کراچی وچ لوئر سٹاف دی طرفوں احتجاجی مظاہرے تے کراچی پولیس دے لاٹھی چارج دی مذمت کرے نو۔ انہاں حکومت تو مطالبہ کیتا جو ای واقعے دی انکوائری کرائی ونجے تے ملازمین تے بنائے گئے کوڑے مقدمے کو جلد ختم کیتا ونجے تے انہاں دے جائز مطالبات پورے کیتے ونجن۔ ٹی ایم اے شیخوپورہ دی غفلت دی وجہ تو شہر وچ گندگی دے ڈھیر لگ گئے جن تو شہریاں کو مشکلات دا سامنا ہے۔ شیخوپورہ تو ساڈے نمائندے مطابق تحصیل میونسپل ایڈمنسٹریشن دے عملے صفائی دی غفلت نال شہر دیاں سڑکاں بھکی روڈ، خالد روڈ، جنڈیالہ روڈ تے تارک روڈ ترٹ بھج دا شکار ہیں۔ کھوکر محلہ تے بئی آبادی ارائیاں محلہ وچ سڑک دے درمیان کوڑا کرکٹ دے ڈھیر لگے پین جڑے جو حالیہ بارشاں پانی تالاباں دی شکل اختیار کر چکے جے تو ڈینگی تے ملیریا بخار سمیت بئی خطرناک بیماریاں کھندیا پین جنہاں دی روک تھام کیتے سرکاری سطح تے کوئی اقدامات نہیں کیتے گئے۔ شہر دے بارونق علاقے دیہات دی شکل اختیار کر گئے۔ عوامی اور سماجی حلقیاں اصلاح احوال دا مطالبہ کیتے۔ اے ہن ہن تک دیاں خبراں، مزید خبراں تے اپڈیٹس کیتے رہو وسیب نیوز۔